ਸੋ ਗਾਇਸ ਆ ਸਾਰਾ ਅਸੀਂ ਸਮਾਨ ਪੈਕ ਕਰਾ ਲਿਆ ਹੋਇਆ ਠੀਕ ਹੈ ਜੀ ਆ ਦੋ ਆ ਭਾਜੀ 2 ਕਿਲੋ ਦਾ ਗੈਸ ਪੂਰੀ ਕੋ 4 ਕਿਲੋ ਵੀ ਹੈਗਾ ਤੇ 6 ਕਿਲੋ ਵੀ ਹੈਗਾ ਆ ਪਿੱਛੇ ਤੇ ਜਿੰਨੀਆਂ ਪੇਟੀਆਂ ਦੇਖ ਰਹੇ ਹੋ ਇਹ ਸਾਰੀਆਂ ਰੰਗਾਂ ਦੀਆਂ ਪੇਟੀਆਂ ਨੇ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਸਾਰੇ ਅੱਜ ਤੋਂ 1 ਹਫ਼ਤੇ ਬਾਅਦ ਹੋਲੀ ਆ ਜੀ ਤੇ ਅਸੀਂ ਜਾ ਰਹੇ ਹਾਂ ਜੀ ਹੋਲੀ ਸਟੈਸ਼ ਬਾਏ ਕਰਨ ਲਈ ਵੈਲਕਮ ਬੈਕ ਟੂ ਜਾਨ ਗਾਇਸ ਆਈ ਹੋਪ ਤੁਸੀਂ ਅੰਮ੍ਰਿਤਸਰ ਵਿੱਚੋਂ ਹੋਲੀ ਸਟੈਸ਼ ਦਾ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਸਮਾਨ ਕਿੱਥੋਂ ਮਿਲੂਗਾ ਉਹ ਤੁਹਾਨੂੰ ਅੱਜ ਦੀ ਇਸ ਵੀਡੀਓ 'ਚ ਦੱਸਾਂਗੇ ਤੇ ਹੋਲੀ ਸਟੈਸ਼ ਟੈਸਟਿੰਗ ਦੀ ਵੀਡੀਓ ਵੀ ਬਹੁਤ ਛੇਤੀ ਆਊਗੀ ਥੋੜਾ ਬਹੁਤ ਸਮਾਨ ਆਨਲਾਈਨ ਆਰਡਰ ਕੀਤਾ ਵਾ ਜਦੋਂ ਤੱਕ ਉਹ ਆਉਂਦਾ ਨਹੀਂ ਆ ਸੋ ਅੰਦਰ ਤੁਸੀਂ ਆਹ ਵੀਡੀਓ ਇੰਜੋਏ ਕਰੋ ਹੋਲੀ ਸਟੈਸ਼ ਟੈਸਟਿੰਗ ਦੀ ਵੀਡੀਓ ਵੀ ਬਹੁਤ ਛੇਤੀ ਆਊਗੀ ਤੇ ਚਲੋ ਚੱਲਦੇ ਹਾਂ ਸ਼ੋਪ ਤੇ ਤਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਨਵੀਆਂ ਤੇ ਯੂਨੀਕ ਆਈਟਮਸ ਆਈਆਂ ਨੇ ਇਸ ਵਾਰ ਹੋਲੀ ਦੀਆਂ ਸੋ ਤੁਹਾਨੂੰ ਸਭ ਦਿਖਾਵਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਕਿਪ ਬਿਲਕੁਲ ਨਾ ਕਰਿਓ ਵਿਦਆਊਟ ਐਨੀ ਫਰਦਰ ਡੂ ਲੈਟਸ ਗੈਟ ਸਟਾਰਟਡ ਆ ਜਾਓ ਫਿਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ ਗੁਲਾਲ ਦੀ ਯਾਰ ਇੱਧਰ ਆ ਮੈਨੂੰ ਬੜੇ ਸੋਹਣੇ ਲੱਗ ਰਹੇ ਆ ਕਲਰ ਆ ਵਾਈਬ੍ਰੈਂਟ ਦੇ ਕਲਰ ਆ ਭਾਜੀ ਇਹ ਹਰਬਲ ਕਲਰ ਆ ਇਹ ਭਾਜੀ ਸਾਰੇ ਆਰਗੈਨਿਕ ਕਲਰ ਆ ਓਕੇ ਆਰਗੈਨਿਕ ਇਹ ਪੱਤਿਆਂ ਦੇ ਬਣੇ ਹੋਏ ਹੁੰਦੇ ਆ ਓਕੇ ਇਹਦੇ ਵਿੱਚ ਕੋਈ ਵੀ ਰੇਤ ਆਰਗੈਨਿਕ ਹਰਬਲ ਗੁਲਾਲ ਨਹੀਂ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਆਪਣੇ ਕੋ ਬ੍ਰਾਂਡ ਕਿਹੜਾ ਕਿਹੜਾ ਵਾ ਗੁਲਾਲ ਬ੍ਰਾਂਡ ਆਪਣੇ ਕੋ ਸਰ ਸਾਰੇ ਬ੍ਰਾਂਡ ਟੋਟਲੀ ਮੁਰਗਾ ਤੋਤਾ ਕੈਮਲ ਹਨਾ ਸਟਾਰ ਦਾ ਦੇ ਦਾਂਗੇ ਸਾਰੀ ਵੈਰਾਈਟੀ ਕੋਕ ਪੀਕੋਕ ਬ੍ਰਾਂਡ ਇਹ ਨਵਾਂ ਆਇਆ ਮਾਰਕੀਟ ਦੇ ਵਿੱਚ ਐਸੀ ਸਪੈਸ਼ਲਿਟੀ ਆ ਸਾਡੀ ਸਾਡੇ ਕੋਈ ਹੋਏਗਾ ਹੋਰ ਕਿਤੋਂ ਨਹੀਂ ਮਿਲੇਗਾ ਇਹ ਵਾਲਾ ਕਲਰ ਹਾਂਜੀ ਯਾਰਾ ਦੇਖੋ ਇਹਦੇ ਵਿੱਚ ਕਲਰ ਵੇਖੋ ਕਿੰਨੇ ਸੋਹਣੇ ਸੋਹਣੇ ਆ ਆ ਪਿੱਛੇ ਤੇ ਜਿੰਨੀਆਂ ਪੇਟੀਆਂ ਦੇਖ ਰਹੇ ਹੋ ਇਹ ਸਾਰੀਆਂ ਰੰਗਾਂ ਦੀਆਂ ਪੇਟੀਆਂ ਨੇ ਇੱਧਰ ਆ ਸਟਾਰ ਲੱਗਾ ਹੋਇਆ ਵਾ ਬਿੰਗੋ ਤੇ ਕਾਨਾ ਹਰਬਲ ਗੁਲਾਲ ਸਟਾਰ ਗੁਲਾਲ ਚੈੱਕ ਕਰੋ ਜੀ ਮੁਰਗਾ ਕਿੰਨੇ ਕਿਲੋ ਦਾ ਪੈਕੇਟ ਆ ਭਾਜੀ ਭਾਜੀ ਇਹ ਚਾਹੀਦਾ 6 ਕਿਲੋ ਕਲਰ 6 ਕਿਲੋ ਹਾਂਜੀ ਹੁਣ ਇਹਨੂੰ ਆਪਾਂ ਖੋਲਦੇ ਆ ਜੀ ਏਸ਼ੀਅਨ ਫੀਲਡ ਦੇਖੋ ਕਿਹੜਾ ਪੈਕੇਟ ਹੋਊਗਾ ਉਹੀ ਕਲਰ ਹੋਊਗਾ ਉਹੀ ਕਲਰ ਹੋਊਗਾ ਇੱਕ ਹੋਰ ਕਲਰ ਦੇ ਬਲੂ ਸਾਰੇ ਵੱਖਰੇ ਕਲਰ ਚੈੱਕ ਕਰੋ ਇਹਨੂੰ ਇੰਗਲਿਸ਼ ਕਲਰ ਔਰੇਂਜ ਆ ਵੀ ਨਹੀਂ ਸਾ ਯਾਰ ਇੰਗਲਿਸ਼ ਰੈੱਡ ਕਲਰ ਤਾਂ ਕਾਫੀ ਸੋਹਣੇ ਆ ਯਾਰ ਇਹਦੇ ਵਿੱਚ ਇੱਕ ਜਿਹੜਾ ਮਾਰਕੀਟ ਪ੍ਰਾਈਸ ਹੋ ਗਿਆ ਨਾ ਮੁਰਗੇ ਦਾ 30 ਰੁਪਏ ਦਾ ਪੈਕੇਟ ਹੋ ਗਿਆ ਯਾਰ ਇੱਕ ਪੈਕੇਟ ਆ ਬਿਲਕੁਲ ਇੱਕ ਪੈਕੇਟ 30 ਰੁਪਏ ਦਾ ਓਕੇ ਠੀਕ ਹੈ ਜੀ ਆਪਾਂ ਤੁਹਾਨੂੰ ਦੇ ਦਵਾਂਗੇ 22 ਰੁਪਏ ਦਾ ਪੈਕੇਟ 22 ਰੁਪਏ ਦਾ ਇੱਕ ਪੈਕੇਟ ਹਾਂਜੀ 22 ਰੁਪਏ ਦਾ ਇੱਕ ਪੈਕੇਟ ਕਿਤੋਂ ਨਹੀਂ ਮਿਲੇਗਾ ਗਾਰੰਟੀ ਇੰਨਾ ਕੋ ਤੁਹਾਨੂੰ ਗੁਲਾਲ ਹਰ ਇੱਕ ਤਰ੍ਹਾਂ ਦਾ ਹਰ ਇੱਕ ਵੈਰਾਈਟੀ ਦਾ ਹਰ ਇੱਕ ਬ੍ਰਾਂਡ ਦਾ ਮਿਲ ਜੂਗਾ ਤੁਹਾਨੂੰ ਸੋ ਮੈਨੂੰ ਤੇ ਯਾਰ ਆ ਪਸੰਦ ਆ ਗਏ ਹੋਲੀ ਦਾ ਪਾ ਹੀ ਯੂਜ਼ ਕਰਨੇ ਆ ਇੱਕ ਬੈਗ ਆਪਾਂ ਪੂਰਾ ਆ ਲੈਣਾ ਹਰਬਲ ਕਲਰ ਦਾ ਇੱਧਰ ਗਾਇਸ ਸਾਰੀਆਂ ਪਿਚਕਾਰੀਆਂ ਪਈਆਂ ਨੇ ਆ ਛੋਟੇ ਬੱਚਿਆਂ ਵਾਸਤੇ ਵੀ ਆ ਟੈਂਕ ਵਾਲੀਆਂ ਪਿਚਕਾਰੀਆਂ ਆ ਛੋਟੀਆਂ ਪਿਚਕਾਰੀਆਂ ਨੇ ਇੱਧਰ ਤੇ ਇੱਧਰ ਆ ਵੱਡੀਆਂ ਆ ਦੇਖੋ 6 ਫੁੱਟ ਦੀ ਉਧਰੋਂ ਗੰਸੀ ਹੈਗੀਆਂ ਨੇ ਉਧਰ ਵੀ ਹੈਗੀਆਂ ਨੇ ਆ ਦੇਖੋ ਮਤਲਬ ਪਿਚਕਾਰੀਆਂ ਵੀ ਸਾਰੀਆਂ A to Z ਮਿਲ ਜਾਣਗੀਆਂ ਆ ਦੇਖੋ ਤੇ ਇੱਧਰ ਆ ਜੀ ਆ ਦੇਖੋ ਕਲਰ ਫੋਕ ਗਨ ਇਹਦੇ ਵਿੱਚ ਭਾਈ ਕਿੰਨੇ ਕਲਰ ਨਿਕਲਦੇ ਆ ਇਹਦੇ ਵਿੱਚ ਭਾਈ 3 ਕਲਰ ਨਿਕਲਣਗੇ ਤੇ ਇੱਧਰ ਆ ਜੀ ਆ ਕਲਰ ਸਮੋਕ ਤੇ ਡੱਬੇ 'ਚ ਹੈਗੇ ਆ 5 ਪੀਸ ਇਹ ਕਿੰਨੇ ਦਾ ਡੱਬਾ ਭਾਜੀ 5 ਪੀਸ ਤੇ 5 ਰੰਗ ਵੱਖਰੇ ਵੱਖਰੇ ਆ ਲਾਸਟ ਵੀਡੀਓ 'ਚ ਹਨਾ ਆਪਾਂ ਚਲਾ ਕੇ ਦਿਖਾਇਆ ਸੀ 25 ਸੈਕਿੰਡ ਦੀ ਟਾਈਮਿੰਗ ਹਾਂਜੀ ਹਾਂਜੀ ਪ੍ਰੋਪਰ 25 ਸੈਕਿੰਡ ਦੀ ਟਾਈਮਿੰਗ ਦੇਗਾ ਠੀਕ ਆ ਜੀ ਇਸ ਵਾਰ ਤੁਹਾਨੂੰ ਸਰਪ੍ਰਾਈਜ਼ ਰੇਟ 'ਚ ਦਾਂਗੇ 75 ਰੁਪਏ ਦਾ ਬਾਕਸ ਪੂਰਾ ਬਾਕਸ ਪੂਰਾ ਬਾਕਸ 5 ਪੀਸ 75 ਦੇ ਓਕੇ ਤੇ ਇੱਧਰ ਕੀ ਹੈ ਭਾਜੀ ਇਹ ਭਾਜੀ ਨਵੀਂ ਆਈਟਮ ਆਈ ਹੈ ਜੀ ਕਲਰ ਫੋਕ ਦੇ ਵਿੱਚ ਅਨਾਰ ਹੁਣ ਜਿਵੇਂ ਕਿਸੇ ਨੇ ਵੀਡੀਓ ਸ਼ੂਟ ਕਰਨਾ ਹੋਵੇ ਤੁਸੀਂ ਵੀ ਹਨਾ ਹਾਂਜੀ ਹਾਂਜੀ ਇਹਦੇ ਨਾਲ ਕੋਈ ਖਤਰਾ ਨਹੀਂਗਾ ਇਹਨੂੰ ਹੱਥ 'ਚ ਫੜ ਕੇ ਚਲਾਓ ਜਿੱਦਾਂ ਮਰਜ਼ੀ ਕਰੋ ਕੋਈ ਚੱਕਰ ਨਹੀਂ ਆ ਦੇਖੋ ਓਕੇ ਡੱਬਾ ਕਿੰਨੇ ਦਾ ਹੈ ਪੂਰਾ ਇਹ ਭਾਜੀ ਤੁਹਾਨੂੰ ਦੇ ਦਿਆਂਗੇ 70 ਦਾ ਡੱਬਾ ਠੀਕ ਹੈ 4 ਪੀਸਿਸ ਹੁੰਦੇ ਇਹਦੇ 'ਚ ਮੁਰਗੀ ਕਲਰ ਐਗ ਬਹੁਤ ਪਸੰਦ ਕੀਤੀ ਆ ਲੋਕਾਂ ਨੇ ਜਿਹੜਾ ਵੀ ਲੈ ਕੇ ਗਿਆ ਹਨਾ ਕੋਈ ਕਿਸੇ ਨੇ ਫੈਮਿਲੀ 'ਚ ਹੋਲੀ ਖੇਲਣੀ ਹੈ
ਬਹੁਤ ਵਧੀਆ ਰੇਟ ਬਣਾਈ ਹੈ ਇਹ ਕਿੰਨੇ ਦਾ ਭਾਜੀ ਇਹ ਭਾਜੀ ਆਪਾਂ ਦਾਂਗੇ 70 ਦਾ ਡੱਬਾ ਤੇ ਇੱਧਰ ਸਾਰੀਆਂ ਪਈਆਂ ਨੇ ਜੀ ਸਪਰੇ ਇਹ ਫੋਮ ਸਪਰੇ ਹੈ ਭਾਜੀ ਹਾਂਜੀ ਭਾਜੀ ਦੇਖੋ ਜੀ ਇਹ ਭਾਜੀ ਹੈਗੀ ਹੈ 35 ਰੁਪਏ ਦੀ ਬਾਜ਼ਾਰ ਦੇ ਵਿੱਚ 40 ਰੁਪਏ ਦੀ ਮਿਲਦੀ ਹੈ 50 ਰੁਪਏ ਦੀ ਕਈ ਵੇਚਦੇ ਆ ਆਪਾਂ ਦਵਾਂਗੇ 35 ਰੁਪਏ ਦੇ ਵਿੱਚ ਤੇ ਇੱਧਰ ਹੈਗਾ ਜੀ ਆ ਵੱਡਾ ਸਾਈਜ਼ ਵੱਡੀ ਵਾਲੀ ਬਾਜ਼ਾਰ ਵਿਕਦੀ ਹੈ ਜੀ 60 ਰੁਪਏ 70 ਰੁਪਏ ਅਸੀਂ ਦਵਾਂਗੇ 45 ਦੇ ਵਿੱਚ ਓਕੇ 45 ਦੀ ਆ ਵੱਡੀ ਸਪਰੇ ਆ ਫੋਮ ਕਿੰਨੀ ਠੀਕ ਹੈ ਯਾਰ ਜੀ ਆ ਫੋਮ ਸਪਰੇ ਦੇ ਵਿੱਚ ਆ ਦੇਖੋ ਆ ਸਾਰੇ ਕਲਰ ਮਿਲ ਜਾਣਗੇ ਪਿੰਕ ਵੀ ਹੈਗਾ ਯੈਲੋ ਵੀ ਹੈਗਾ ਵਾ ਗ੍ਰੀਨ ਵੀ ਹੈਗਾ ਇੱਧਰ ਹੈਗੇ ਜੀ ਮੈਜਿਕ ਬਲੂਨ ਭਾਜੀ ਬਾਜ਼ਾਰ ਦੇ ਵਿੱਚ ਤਾਂ ਚਲੋ ਹਨਾ ਬਹੁਤ ਵੇਚ ਜਾ ਰਹੇ ਅਸੀਂ ਆਪਾਂ ਦੇ ਦਾਂਗੇ ਜੀ 75 ਦਾ ਪੈਕਟ ਦੇਖੋ ਜੀ 1 2 3 ਓਕੇ ਕਿੰਨੇ ਕੁ ਭਾਰੇ ਹੁੰਦੇ ਟੋਟਲ ਭਾਈ ਟੋਟਲ 111 ਬਲੂਨ ਹੁੰਦੇ ਵਿੱਚ 111 ਜੀ ਓਕੇ ਤੇ ਗਾਇਸ ਹੁਣ ਗੱਲ ਕਰਦੇ ਜੀ ਆਪਾਂ ਮੇਨ ਆਈਟਮ ਦੀ ਸਿਲੰਡਰਾਂ ਬਾਰੇ ਆ ਸਿਲੰਡਰਾਂ ਦੀ ਨਹੀਂ ਹਲੇ ਗੱਲ ਕਰਾਂਗੇ ਆਪਾਂ ਕਰਾਂਗੇ ਛੋਟੇ ਵਾਲੇ ਸਿਲੰਡਰ ਦੀ ਆ ਦੇਖੋ ਸੋ ਇਹ ਵੀ ਕੋਕ ਬ੍ਰਾਂਡ ਦੇ ਭਾਜੀ ਇਹਦੇ ਵਿੱਚ ਕੋਕ ਬ੍ਰਾਂਡ ਦਾ ਵੀ ਮਿਲ ਜੇਗਾ ਤੋਤੇ ਦਾ ਵੀ ਮਿਲ ਜੇਗਾ ਸਾਰੀ ਵੈਰਾਈਟੀ ਮਿਲ ਜੇਗੀ ਓਕੇ ਨਾਲੇ ਇਹਦੇ ਵਿੱਚ ਜਿਹੜਾ ਗੁਲਾਲ ਹੁੰਦਾ ਉਹ ਹਰਬਲ ਹੁੰਦਾ ਹਾਂਜੀ ਹਰਬਲ ਹੁੰਦਾ ਔਰ ਕੋਕ ਬ੍ਰਾਂਡ ਦਾ ਓਕੇ ਕੋਕ ਬ੍ਰਾਂਡ ਦਾ ਵਾ ਆ ਦੇਖੋ ਇਹਦਾ ਕੀ ਪ੍ਰਾਈਸ ਆ ਭਾਜੀ ਪੂਰੇ ਬਾਕਸ ਦਾ ਤੇ ਇੱਕ ਪੀਸ ਦਾ ਭਾਜੀ ਅਗਰ ਕੋਈ ਇੱਕ ਪੀਸ ਲਏਗਾ ਤੁਹਾਨੂੰ ਆਪਾਂ ਦਾਂਗੇ 130 ਰੁਪਏ ਦਾ ਪੀਸ ਓਕੇ 130 ਰੁਪਏ ਦਾ ਹਾਂਜੀ ਅਗਰ ਬਾਕਸ ਕੋਈ ਬੰਦ ਲਏਗਾ ਉਹਨੂੰ 120 ਰੁਪਏ ਦਾ ਪੀਸ ਦੇਗਾ ਇਹਦਾ ਵੱਡਾ ਸਾਈਜ਼ ਆ ਜੀ ਇਹਦਾ ਕੀ ਪ੍ਰਾਈਸ ਆ ਭਾਜੀ ਭਾਜੀ ਇਹ ਦੇ ਦਾਂਗੇ ਜਿਹਨੇ ਬੰਦ ਡੱਬਾ ਲੈਣਾ ਹਨਾ ਉਹਨੂੰ ਆਪਾਂ ਦਾਂਗੇ 185 ਦਾ ਜਿਹਨੇ ਸਿੰਗਲ ਪੀਸ ਲੈਣਾ 200 ਦਾ ਓਕੇ ਇੱਕ ਪੀਸ 200 ਰੁਪਏ ਹਾਂਜੀ ਇੱਕ ਪੀਸ 200 ਰੁਪਏ ਠੀਕ ਹੈ ਜੀ ਆ ਰਿਹਾ ਆ ਦੋ ਆ ਤੇ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਕਿਲੋਆਂ ਬਾਰੇ ਇਹਦੇ ਵਿੱਚ ਤਾਂ ਗ੍ਰਾਮਾਂ 'ਚ ਕਲਰ ਹੁੰਦਾ ਨਾ ਹੁਣ ਆਪਾਂ ਗੱਲ ਕਰਦੇ ਕਿਲੋਆਂ 'ਚ ਤੇ ਹੁਣ ਭਾਜੀ ਆ ਜਾਓ ਇੱਧਰ ਜੀ ਆ ਦੇਖੋ ਤੇ ਇਹ ਭਾਜੀ ਕਿੰਨੇ ਕਿਲੋ ਦਾ ਵਾ ਭਾਜੀ 2 ਕਿਲੋ ਦਾ ਇਹਦੀ ਮੈਂ ਸਪੈਸ਼ਲਿਟੀ ਦੱਸਦਾ ਹਨਾ ਇਹਦੇ 'ਚ ਗੈਸ ਪੂਰੀ ਆ ਹਨਾ ਗੈਸ ਪੂਰੀ 20% ਗੈਸ ਉੱਪਰ ਨਾਲ ਮੀਟਰ ਲੱਗਾ ਹੋਇਆ ਹਨਾ ਇਹ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਦਿੰਦਾ ਕਿ ਗੈਸ ਪ੍ਰੈਸ਼ਰ ਕਿੰਨਾ ਨਿਕਲੇਗਾ ਕਿੰਨਾ ਨਹੀਂ ਹਨਾ ਓਕੇ ਠੀਕ ਹੈ ਇਹਦੇ ਵਿੱਚ ਕੀ ਹੈਗਾ ਜਿਵੇਂ ਆਪਾਂ ਦੇਖਿਆ ਨਾ ਫਾਇਰ ਬ੍ਰਿਗੇਡ ਵਾਲੇ ਨਹੀਂ ਹੁੰਦੇ ਹਾਂਜੀ ਜਿਨ੍ਹਾਂ ਨੇ ਅੱਗ ਬੁਝਾਣੀ ਹੁੰਦੀ ਹੈ ਸੇਮ ਚੀਜ਼ ਹੈ ਸੇਮ ਲੌਕ ਲੱਗਾ ਹੋਇਆ ਹੈ ਲੌਕ ਖਿੱਚ ਕੇ ਤੁਸੀਂ ਦਬਾਣਾ ਔਰ ਪ੍ਰੈਸ਼ਰ ਲਾਸਟ ਟਾਈਮ ਤੁਸੀਂ ਚਲਾਇਆ ਸੀ ਮੈਂ ਚਲਾਇਆ ਹੈਨਾ ਕਿੰਨਾ ਜ਼ਬਰਦਸਤ ਪ੍ਰੈਸ਼ਰ ਹੋ ਜ਼ਬਰਦਸਤ ਪਰ ਉਹਦੇ ਚਲਾਏ ਸੀ ਆਪਾਂ ਸਿਰਫ 2 ਕਿਲੋ ਵਾਲਾ ਸਿਰਫ 2 ਕਿਲੋ ਵਾਲਾ ਐਰ ਕੀ ਹੈ ਦੇਖੋ 4 ਕਿਲੋ ਵੀ ਹੈਗਾ ਤੇ 6 ਕਿਲੋ ਵੀ ਹੈਗਾ ਡਬਲ ਨੋਜ਼ਲ ਵਾਲਾ ਭਾਈ 2 ਕਲਰ ਇਕੱਠੇ ਨਿਕਲਦੇ ਆ ਤੇ ਭਾਈ ਇਹਦਾ ਕੀ ਪ੍ਰਾਈਸ ਆ ਯਾਰ ਪਿਛਲੀ ਵਾਰ ਮਾਰਕੀਟ ਤੋਂ ਕਿਤੋਂ ਨਹੀਂ ਮਿਲਿਆ ਅੰਮ੍ਰਿਤਸਰ ਚੋਂ ਕਿਸੇ ਕੋ ਵੀ ਨਹੀਂਗਾ ਇਸ ਵਾਰ ਵੀ ਪੂਰੀ ਮਾਰਕੀਟ 'ਚ ਕਿਸੇ ਕੋ ਨਹੀਂ ਮਿਲੇਗਾ ਇਹ ਵੀ ਗਰੰਟੀ ਹੈ ਸਿਰਫ ਤੁਹਾਡੇ ਕੋ ਮਿਲੂਗਾ ਹਾਂਜੀ ਇਹ ਕੀ ਪ੍ਰਾਈਸ ਆ ਭਾਜੀ ਇਹਦਾ ਭਾਜੀ ਇਹ ਰਿਟੇਲ ਰੇਟ ਜਿਹੜਾ ਦਾ ਹੈਗਾ ਵਾ ਤੁਸੀਂ ਦੇਖਿਆ ਡੱਬਾ ਮੈਂ ਤੁਹਾਨੂੰ ਦਿਖਾ ਦਿੰਦਾ ਉੱਥੇ 1500 ਰੁਪਏ ਐਮ ਆਰ ਪੀ ਹੈਗੀ ਆ ਹਨਾ ਆਪਾਂ 40% ਡਿਸਕਾਊਂਟ ਤੇ 900 ਰੁਪਏ ਦਾ ਪੀਸ ਦੇ ਦਿਆਂਗੇ 900 ਰੁਪਏ ਦਾ ਇੱਕ ਪੀਸ ਹਾਂਜੀ 2 ਕਿਲੋ ਵਾਲਾ ਤੇ ਆ 4 ਕਿਲੋ ਵਾਲਾ ਭਾਜੀ ਕਰਕੇ ਸਟਾਕ ਕਾਫੀ ਹੈ ਸਿਲੰਡਰਾਂ 'ਚ ਸੋ ਜਿੰਨੇ ਵੀ ਸਿਲੰਡਰ ਬਾਈ ਕਰਨੇ ਆ ਛੇਤੀ ਛੇਤੀ ਦੁਕਾਨ ਤੇ ਆ ਜਾਓ ਇਹ ਪਾਈਪ ਹੈ ਹਨਾ ਉਹਦੇ ਵਿੱਚ ਸਿਲੰਡਰ ਘੁਮਾਉਣਾ ਪੈਂਦਾ ਇਹਦੇ ਵਿੱਚ ਇੱਕ ਬੰਦਾ ਅਗਰ ਪਾਈਪ ਨੂੰ ਇੱਥੇ ਲਗਾ ਦੇਵੇ ਰਾਈਟ ਤੇ ਇੱਥੋਂ ਜਿਹਨੂੰ ਮਰਜ਼ੀ ਕਲਰ ਪਾਈ ਜਵੇ ਇੱਧਰ ਹੀ ਪਾ ਦੇ ਇੱਧਰ ਹੀ ਮਰਜ਼ੀ ਰੰਗ ਦੇ ਮੇਰੇ ਡਰ ਲੱਗੀ ਜਾਂਦਾ ਇਹ ਦੇਖੋ ਇਹਦਾ ਰਿਬਨ ਦੀ ਇਹਦੀ ਪਹਿਚਾਨ ਕੀ ਇਹਦੇ ਅੰਦਰ ਹੈਗਾ ਔਰੇਂਜ ਕਲਰ ਔਰੇਂਜ ਕਲਰ ਅੱਛਾ ਰਿਬਨ ਤੋਂ ਲੱਗਾ ਹੋਏਗਾ ਉਹ ਕਲਰ ਹੋਏਗਾ ਓਕੇ ਆਡੀਅנס ਵਾਸਤੇ 50% ਡਿਸਕਾਊਂਟ 1200 ਰੁਪਏ ਦਾ 4 ਕਿਲੋ ਦਾ ਸਿਲੰਡਰ 1200 ਰੁਪਏ 1200 ਜਿਹੜਾ 4 ਕਿਲੋ ਵਾਲਾ ਹੋਣਾ ਉਹ 6 ਕਿਲੋ ਵਾਲਾ ਜਿਹੜਾ ਹੋਣਾ ਡਬਲ ਵਾਲਾ 6 ਕਿਲੋ ਵਾਲਾ ਦਾ 1500 ਰੁਪਏ ਦਾ 1500 ਦਾ ਹਾਂ ਉਹ ਡਬਲ ਹੋਏਗਾ ਉਹ ਸ਼ਾਮ ਤੱਕ ਆ ਜਾਣਾ ਸ਼ਾਪ ਤੇ ਸੋ ਉਹ ਤੁਹਾਨੂੰ ਹੋਲੀ ਸਟਾਰ ਜਦੋਂ ਟੈਸਟ ਕਰਾਂਗੇ ਨਾ ਉਹਦੇ ਵਿੱਚ ਦਿਖਾਵਾਂਗੇ ਸੋ ਉਹ ਹਲੇ ਸਮਾਨ ਥੋੜਾ ਬਹੁਤ ਰਹਿੰਦਾ ਵਾ ਉਹ ਇੱਕ ਦੋ ਦਿਨ ਚ ਪਹੁੰਚ ਜਾਣਾ ਵਾ ਜਿਹੜੀਆਂ ਕਿ ਹੋਰ ਘੈਂਟ ਘੈਂਟ ਯੂਨੀਕ ਆਈਟਮਸ ਨੇ ਸੋ ਇਹਦਾ ਪ੍ਰਾਈਸ ਹੈਗਾ ਭਾਈ 1200 ਰੁਪਏ ਦਾ ਓਕੇ ਤੇ ਇਹਦੇ ਵਿੱਚ ਸਟਾਕ ਹੈਗਾ ਬਣਾ ਸਟਾਕ ਕਾਫੀ ਇਸ ਵਾਰ ਸਟਾਕ ਨਹੀਂ ਖਤਮ ਹੁੰਦਾ ਵਾਂਗੇ ਕੋਈ ਚੱਕਰ ਨਹੀਂ ਯਾਰ ਕਿ ਤਾਂ 10 12 ਇਹੋ ਜਿਹੇ ਸਿਲੰਡਰ ਚਲਾਉਣੇ ਆ ਆਟੋਮੈਟਿਕ ਵਿਚਕਾਰੀ ਨਾਲ ਬਲਮ ਵਿਚਕਾਰੀ ਹਾਂ ਇਹ ਵੀ ਤੋਤਾ ਬ੍ਰਾਂਡ ਦੀ ਮਤਲਬ ਕਿ ਯਾਰ ਕਿ ਤੁਹਾਨੂੰ ਰਾਹੁਲ ਭਾਈ ਦੀ ਸ਼ਾਪ ਤੋਂ ਬ੍ਰਾਂਡਡ ਚੀਜ਼ਾਂ ਮਿਲਣਗੀਆਂ ਕੱਲ੍ਹ ਦੇ ਵਿੱਚ ਓਕੇ ਪਹਿਲੇ ਉਹਦੇ ਵਿੱਚ ਫਿਲ ਲਓ ਫਿਲ ਲਾ ਉਤਾਰੋ ਕੈਪ ਨਾਲ 2 ਪੈਕਟ ਫ੍ਰੀ ਹੈ ਓਕੇ ਕਲਰ ਕਿੰਨਾ ਸੋਹਣਾ ਯਾਰ ਇਹਦੇ ਵਿੱਚ ਭਾਈ ਇਹਦਾ ਕੀ ਪ੍ਰਾਈਸ ਆ ਇਹ ਆਪਾਂ ਦਾਂਗੇ 220 ਦਾ 220 220 ਦਾ ਪੀਸ ਇਹ ਆਪਾਂ ਦਾਂਗੇ 15 ਰੁਪਏ ਦਾ ਬਾਕਸ ਦੋ ਰੰਗ ਹਨਾ 15 ਰੁਪਏ ਦਾ ਸਿਲਵਰ ਇੱਕ ਪਾਸੇ ਪੂਰਾ ਬਾਕਸ ਨਹੀਂ 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 ਇੱਕ ਪੀਸ ਇੱਕ ਪੀਸ ਓਕੇ ਆ ਇੱਕ ਪੀਸ 15 ਰੁਪਏ ਦਾ 15 ਰੁਪਏ ਦਾ ਇਹ ਦੋ ਕਲਰ ਹੁੰਦੇ ਆ ਜੀ ਇੱਕ ਪਾਸੇ ਸਿਲਵਰ ਇੱਕ ਪਾਸੇ ਗੋਲਡ ਸੋਨਾ ਚਾਂਦੀ ਯਾਰ ਸਹੀ ਹੈ ਹਨਾ ਚਮਕੀਲੀ ਜਿਹਨੂੰ ਆਪਾਂ ਕਹਿੰਦੇ ਚਮਕੀਲੀ ਰੰਗ ਬਿਲਕੁਲ ਹੋਲੀ ਵਾਸਤੇ ਭਾਜੀ ਹੁਣ ਕੋ ਫੈਂਸੀ ਮਾਸਕ ਤੇ ਕੈਪਸ ਵੀ ਮਿਲ ਜਾਣਗੀਆਂ ਆ ਦੇਖੋ ਸੋ ਗਾਈਸ ਆ ਸਾਰਾ ਅਸੀਂ ਸਮਾਨ ਪੈਕ ਕਰਾ ਲਿਆ ਹੋਇਆ ਸਵੇਰ ਹੀ ਸਾਰਿਆਂ ਦੀ ਟੈਸਟਿੰਗ ਕਰਾਂਗੇ ਥੋੜਾ ਸਮਾਨ ਹਲੇ ਪੈਂਡਿੰਗ ਆ ਉਹ ਇੱਕ ਅੱਧੇ ਦਿਨ 'ਚ ਪਹੁੰਚ ਜਾਣਾ ਵਾ ਸੋ ਤੁਸੀਂ ਵੀ ਸਾਰਿਆਂ ਨੇ ਸ਼ੋਪ ਤੇ ਪਹੁੰਚੋ ਜਿਹਨੇ ਜਿਹਨੇ ਵੀ ਹੋਲੀ ਸ਼ੋਪਿੰਗ ਕਰਨੀ ਆ ਬਹੁਤ ਹੀ ਘੈਂਟ ਆਈਟਮਸ ਉਹ ਵੀ ਕਾਫੀ ਘੱਟ ਪ੍ਰਾਈਸ ਤੇ ਐਡਰੈਸ ਸਾਰਾ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜੂਗਾ ਆਓ ਛੇਤੀ ਆ ਜੂਗੀ ਬੇਟੀ ਸੋ ਗਾਈਸ ਹੋਲੀ ਦੀ ਆਲਮੋਸਟ ਸ਼ੋਪਿੰਗ ਤੇ ਹੀ ਕਰ ਲਈ ਹੋਈ ਆ
सो ये सारी आइटम्स की टेस्टिंग करांगे। आएगी यार, क्यों नहीं आएगी, नहीं आएगी, अभी आएगी, रुको, कैसे नहीं आएगी, लोडर लग गया रहा पहले। ये रामगढ़िए बोर्न इंजीनियर्स, मेरी पेटी पूरी ना आवे कभी से रिटर्न कर ले करो। हां चलो चलो, आई कि नहीं आई, आई कि नहीं। गाइस होली दी शॉपिंग तो ऑलमोस्ट कंप्लीट हो गई हुई है, दो तीन आइटम्स ने जिहड़ियां कि एक दो दिन तक आ जाणगियां, फिर होली स्टार्स टेस्टिंग वीडियो लैके आवांगे। तो होप कर रहे तुहानूं इह व्लॉग वधिया लगा हो, तो जे किसी ने होली दी शॉपिंग करनी आ तो राहुल भाई दी शॉप ते जाके कर सकदा, वधिया प्रोडक्ट्स घट प्राइस ते तुहानूं उत्थों मिलणगे। सो एड्रेस डिस्क्रिप्शन चा चेकआउट कर लिओ। मिलदे आ तुहानूं अगले व्लॉग च, टिल दैन बाय बाय, टेक केयर, रब रखा। करता करता जितों मैं डरता सी।